ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰੀ ਸਾਧ ਸੰਗਤ ਜੀਓ, ਅੱਜ ਆਪ ਜੀਆਂ ਨੂੰ ਬੰਦੀ ਛੋੜ ਦਿਵਸ ਦਾ ਇਤਿਹਾਸ ਸਰਵਣ ਕਰਾਵਾਂਗੇ। ਜਹਾਂਗੀਰ ਬਾਦਸ਼ਾਹ ਜੀ ਨੇ 6ਵੇਂ ਪਾਤਸ਼ਾਹ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕੀਤਾ ਸੀ। ਉਹਦੀ ਸਿਹਤ ਉਦੋਂ ਬੜੀ ਖਰਾਬ ਹੋ ਗਈ। ਉਹਨੂੰ ਪਤਾ ਲੱਗਾ ਵੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗਵਾਲੀਅਰ ਦੇ ਕਿਲ੍ਹੇ 'ਚੋਂ ਉਹਨੇ ਕੈਦ ਕੀਤਾ ਹੈ, ਤਾਂ ਕਰਕੇ ਉਹਦੀ ਸਿਹਤ ਦੀ ਇਹ ਹਾਲਾਤ ਹੋ ਚੁੱਕੀ ਹੈ। ਤਾਂ ਉਹਨੇ ਇਹ ਫੈਸਲਾ ਲਿਆ ਵੀ ਉਹ ਮਹਾਰਾਜ ਨੂੰ ਛੱਡ ਦੂਗਾ। ਮਹਾਰਾਜ ਨੇ ਸ਼ਰਤ ਰੱਖੀ ਸੀ, ਜਿਹੜੇ ਆ 52 ਰਾਜੇ ਤੁਸੀਂ ਸਾਡੇ ਨਾਲ ਕੈਦ ਕੀਤੇ ਨੇ, ਇਹਨਾਂ ਨੂੰ ਵੀ ਸਾਡੇ ਨਾਲ ਨਾਲ ਭੇਜਿਆ ਜਾਵੇ। ਵਜ਼ੀਰ ਖਾਨ ਇਹ ਗੁਰੂ ਸਾਹਿਬ ਦਾ ਸੰਦੇਸ਼ਾ ਲੈ ਕੇ ਦਿੱਲੀ ਪਹੁੰਚਿਆ। ਬਾਦਸ਼ਾਹ ਨਾਲ ਗੱਲਬਾਤ ਕੀਤੀ ਅਤੇ ਬਾਦਸ਼ਾਹ ਸੋਚਾਂ 'ਚ ਪੈ ਗਿਆ। ਕਹਿਣ ਲੱਗਾ, ਇਹਨਾਂ ਸੰਘਰਸ਼ ਕਰਕੇ, ਇੰਨੀਆਂ ਲੜਾਈਆਂ ਕਰਕੇ, ਮੁਹਿੰਮਾਂ ਕਰਕੇ ਜਿਨ੍ਹਾਂ ਬੰਦਿਆਂ ਨੂੰ, ਰਾਜਿਆਂ ਨੂੰ, ਬਾਗੀਆਂ ਨੂੰ ਕੈਦ ਕੀਤਾ ਹੈ, ਉਹਨਾਂ ਨੂੰ ਛੱਡ ਦੇਣਾ, ਰਿਹਾਅ ਕਰ ਦੇਣਾ ਠੀਕ ਨਹੀਂ ਜਾਪਦਾ। ਬਾਦਸ਼ਾਹ ਹੁਣ ਕੀ ਸੋਚ ਰਿਹਾ ਅਤੇ ਇਸ ਮਸਲੇ ਦਾ ਕੀ ਹੱਲ ਕਰੇਗਾ, ਕਿਉਂਕਿ ਉਹਨੂੰ ਆਪਣੀ ਜਾਨ ਦੀ ਵੀ ਫਿਕਰ ਹੈ। ਬੜਾ ਭੈ ਭੀਤ ਹੈ, ਬੜਾ ਡਰਿਆ ਹੋਇਆ ਹੈ ਅਤੇ ਉਹ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ 'ਚੋਂ ਬਾਹਰ ਕੱਢਣਾ ਚਾਹੁੰਦਾ ਅਤੇ ਗੁਰੂ ਸਾਹਿਬ ਨੇ ਜਿਹੜੀ ਸ਼ਰਤ ਲਾਈ ਹੈ ਉਹਦੇ ਕਰਕੇ ਉਹ ਬੜਾ ਚਿੰਤਿਤ ਹੈ। ਦੋਸਤਾਨ ਦਾ ਬਾਦਸ਼ਾਹ ਜਹਾਂਗੀਰ ਸੋਚਾਂ 'ਚ ਪਿਆ ਹੋਇਆ ਹੈ। ਬਾਦਸ਼ਾਹ ਨੂੰ ਤਾਂ ਬਾਹਰ ਕੱਢਣਾ ਚਾਹੁੰਦਾ ਹੈ, ਪਰ ਉਹਨਾਂ 52 ਰਾਜਿਆਂ ਨੂੰ ਬਾਹਰ ਨਹੀਂ ਕੱਢਣਾ ਚਾਹੁੰਦਾ। ਸੋਚਾਂ 'ਚ ਪਿਆ ਵੀ ਸਤਿਗੁਰ ਸੱਚੇ ਪਾਤਸ਼ਾਹ ਗਵਾਲੀਅਰ ਦੇ ਕਿਲ੍ਹੇ 'ਚੋਂ ਬਾਹਰ ਨਿਕਲਣਗੇ ਅਤੇ 52 ਰਾਜਿਆਂ ਨੂੰ ਲੈ ਕੇ ਨਿਕਲਣਗੇ, ਮੇਰੇ ਵਾਸਤੇ ਤਾਂ ਇਹ ਬੜੀ ਘਾਟੇ ਵਾਲੀ ਗੱਲ ਹੈ। ਇਹੋ ਜਿਹਾ ਹੱਲ ਕਰੀਏ ਵੀ ਮਹਾਰਾਜ ਥੋੜ੍ਹੇ ਜਿਹੇ ਰਾਜਿਆਂ ਨੂੰ ਬਾਹਰ ਲੈ ਆਉਣ ਅਤੇ ਬਾਕੀ ਅੰਦਰ ਹੀ ਰਹਿਣ। ਉਹ ਸੋਚਣ ਡਿਆ ਵੀ 2-4 ਰਾਜੇ ਬਾਹਰ ਆ ਜਾਣ ਅਤੇ ਬਾਕੀ ਸਾਰੇ ਅੰਦਰ ਹੀ ਰਹਿਣ। ਬਾਦਸ਼ਾਹ ਰਾਜਨੀਤੀ ਦੇ ਹਿਸਾਬ ਨਾਲ ਕਈ ਗੱਲਾਂ ਸੋਚਦਾ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਕੋਲ ਦਿੱਲੀ ਆ ਜਾਣ ਗਵਾਲੀਅਰ ਤੋਂ, ਇਹ ਵੀ ਜ਼ਰੂਰੀ ਹੈ। ਮਹਾਰਾਜ ਦੇ ਦਰਸ਼ਨ ਕਰਾਂ, ਮਹਾਰਾਜ ਦੇ ਦਰਸ਼ਨ ਕਰਕੇ ਮੇਰਾ ਜਿਹੜਾ ਡਰ ਹੈ, ਮੇਰੀ ਜਿਹੜੀ ਘਬਰਾਹਟ ਹੈ ਉਹ ਦੂਰ ਹੋਵੇਗੀ, ਗੁਰੂ ਸਾਹਿਬ ਦੀ ਸੰਗਤ ਕਰਕੇ ਮੇਰਾ ਮਨ ਸ਼ਾਂਤ ਹੋਵੇਗਾ। ਇਸ ਕਰਕੇ ਗਵਾਲੀਅਰ ਦੇ ਕਿਲ੍ਹੇ 'ਚੋਂ ਗੁਰੂ ਸਾਹਿਬ ਦਾ ਆਉਣਾ ਬਹੁਤ ਜ਼ਰੂਰੀ ਹੈ। ਜਿਹੜੇ ਰਾਤ ਨੂੰ ਬੱਬਰ ਸ਼ੇਰ ਆਉਂਦੇ ਆ ਕੇ ਮੇਰੀ ਛਾਤੀ 'ਤੇ ਚੜ ਜਾਂਦੇ ਆ, ਉਹ ਜਿਹੜੀ ਪਰੇਸ਼ਾਨੀ ਆ ਉਹ ਦੂਰ ਹੋਵੇਗੀ ਜੇ 6ਵੇਂ ਪਾਤਸ਼ਾਹ ਮੈਨੂੰ ਦਰਸ਼ਨ ਦੇਣਗੇ। ਬਹੁਤ ਸਮੇਂ ਤੱਕ ਉਹ ਸੋਚਦਾ ਰਿਹਾ, ਇੱਕ ਤਰੀਕਾ ਸੋਚਿਆ, ਵਜ਼ੀਰ ਖਾਨ ਨੂੰ ਦੱਸਿਆ। ਬਹੁਤ ਸੋਚ ਕੇ ਬਾਦਸ਼ਾਹ ਕਹਿੰਦਾ ਵੀ ਵਜ਼ੀਰ ਖਾਨ ਤੁਸੀਂ ਇਸ ਤਰ੍ਹਾਂ ਕਰੋ, ਮੇਰੇ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸਲਾਮ ਕਰੋ, ਬੰਦਗੀ ਕਰੋ, ਮੱਥਾ ਟੇਕੋ ਅਤੇ ਉਹਨਾਂ ਨੂੰ ਬੇਨਤੀ ਕਰੋ ਵੀ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਗਵਾਲੀਅਰ ਦਾ ਕਿਲ੍ਹਾ ਛੱਡ ਕੇ ਦਿੱਲੀ ਆ ਜਾਓ, ਆਪਣੇ ਮੁਕੱਦਸ ਦਰਸ਼ਨ ਮੈਨੂੰ ਦਿਓ। ਮਹਾਰਾਜ ਜੀ ਜਿੰਨੇ ਕੁ ਰਾਜੇ ਤੁਹਾਡਾ ਪੱਲਾ ਫੜ ਕੇ ਬਾਹਰ ਆ ਸਕਦੇ ਨੇ, ਉਹਨੇ ਕੁ ਰਾਜੇ ਤੁਸੀਂ ਬਾਹਰ ਲੈ ਆਓ। ਮਹਾਰਾਜ ਜਿਹੜੇ ਤੁਹਾਡਾ ਪੱਲਾ ਫੜ ਲੈਣ ਉਹਨਾਂ ਨੂੰ ਬਾਹਰ ਲੈ ਆਓ, ਜਿਹੜੇ ਪੱਲਾ ਨਹੀਂ ਫੜ ਸਕਦੇ ਉਹਨਾਂ ਨੂੰ ਫਿਰ ਰਹਿਣ ਦਿਓ। ਹੁਣ ਜਿਵੇਂ ਪੱਲਾ ਫੜਨ ਦੀ ਗੱਲ ਆ ਅਤੇ 52 ਦੇ 52 ਰਾਜੇ ਤਾਂ ਪੱਲਾ ਫੜ ਨਹੀਂ ਸਕਦੇ, ਉਹਨੇ ਇਹ ਚਾਲ ਚੱਲੀ ਸੀ, ਪਰ ਉਹ ਸ਼ਾਇਦ ਭੁੱਲ ਗਿਆ ਸੀ ਵੀ ਉਹ ਗੁਰੂ ਹੈ, ਉਹ ਕੋਈ ਆਮ ਬੰਦਾ ਨਹੀਂ। ਉਹਦੇ ਅੱਗੇ ਚਤੁਰਾਈਆਂ ਸਿਆਣਪਾਂ ਨਹੀਂ ਚੱਲਦੀਆਂ ਕਿਸੇ ਦੀਆਂ, ਅਤੇ ਉਹਦੀ ਰਹਿਮਤ ਹੋਵੇ ਅਤੇ ਉਹ ਭਾਵੇਂ 100 ਰਾਜਿਆਂ ਨੂੰ ਲੈ ਕੇ ਆ ਜਾਵੇ। ਅਤੇ ਉਹ ਕਹਿੰਦਾ ਵੀ ਤੁਸੀਂ ਇਹਨਾਂ ਰਾਜਿਆਂ ਨੂੰ ਵਧੀਆ ਜ਼ਿੰਦਗੀ ਦੇਣਾ ਚਾਹੁੰਦੇ ਹੋ, ਜਿਹੜੇ ਤੁਹਾਡੇ ਲੜ ਲੱਗ ਕੇ ਤੁਹਾਡਾ ਪੱਲਾ ਫੜ ਕੇ ਬਾਹਰ ਆ ਜਾਣਗੇ ਉਹਨਾਂ ਨੂੰ ਫਿਰ ਬਾਹਰ ਲੈ ਆਓ, ਅਤੇ ਜਿਹੜੇ ਨਹੀਂ ਆ ਸਕਣਗੇ ਉਹਨਾਂ ਨੂੰ ਫਿਰ ਛੱਡ ਦਿਓ। ਇਹ ਰਾਜਨੀਤੀ ਖੇਡੀ ਵੀ ਚੋਲੇ ਦੇ ਪੱਲੇ ਤਾਂ 5-7 ਹੀ ਹੋਣਗੇ, 5-7 ਰਾਜੇ ਬਾਹਰ ਆ ਜਾਣਗੇ, ਵੱਧ ਤੋਂ ਵੱਧ 10 ਰਾਜੇ ਬਾਹਰ ਆ ਜਾਣਗੇ, ਇਹ ਤੋਂ ਵੱਧ ਕਿਤਾ ਬਾਹਰ ਆ ਸਕਦੇ ਨੇ। ਦੂਜੀ ਗੱਲ ਇਹ ਵੀ ਜਿਹੜੇ ਰਾਜਪੂਤ ਰਾਜੇ ਹੁੰਦੇ ਆ ਉਹ ਬੜੇ ਹੰਕਾਰੀ ਹੁੰਦੇ ਆ, ਉਹ ਕਹਿੰਦੇ ਵੀ ਅਸੀਂ ਕਿਸੇ ਦਾ ਪੱਲਾ ਨਹੀਂ ਫੜਨਾ, ਪੱਲਾ ਫੜਨ ਤੋਂ ਨਾ ਕਰ ਦੇਣਗੇ ਅਤੇ ਹੋ ਸਕਦਾ ਜਿਹੜੇ 5-7 ਰਾਜੇ ਬਾਹਰ ਆਉਂਦੇ ਉਹ ਵੀ ਨਾ ਆਉਣ। ਇਸ ਤਰ੍ਹਾਂ ਦੀ ਰਾਜਨੀਤੀ ਦੇ ਹਿਸਾਬ ਨਾਲ ਉਹਨੇ ਮਸਲੇ ਦਾ ਹੱਲ ਕੱਢਿਆ। ਵਜ਼ੀਰ ਖਾਨ ਨੂੰ ਕਹਿੰਦਾ ਵੀ ਗੁਰੂ ਸਾਹਿਬ ਨੂੰ ਮੇਰੇ ਵੱਲੋਂ ਇਹ ਬੇਨਤੀ ਕਰੋ ਵੀ ਉਹ ਗਵਾਲੀਅਰ ਦਾ ਕਿਲ੍ਹਾ ਛੱਡ ਕੇ ਅਤੇ ਦਿੱਲੀ ਆ ਜਾਣ ਅਤੇ ਮੈਨੂੰ ਦਰਸ਼ਨ ਦੇਣ। ਜਿੰਨੇ ਕੁ ਰਾਜੇ ਉਹਨਾਂ ਦਾ ਪੱਲਾ ਫੜ ਲੈਂਦੇ ਨੇ ਉਹਨਾਂ ਨੂੰ ਬਾਹਰ ਲੈ ਕੇ ਆ ਜਾਣ, ਨਹੀਂ ਫੜ ਸਕਦੇ ਉਹਨਾਂ ਨੂੰ ਛੱਡ ਦੇਣ, ਗੁਰੂ ਸਾਹਿਬ ਦਾ ਆਦਰ ਸਨਮਾਨ ਕਰਦੇ ਹੋਏ ਉਹਨਾਂ ਨੂੰ ਬੜੇ ਸਤਿਕਾਰ ਅਤੇ ਪ੍ਰੇਮ ਨਾਲ ਲੈ ਕੇ ਆਓ। ਸੁਣ ਕੇ ਵਜ਼ੀਰ ਖਾਨ ਨੇ ਜਹਾਂਗੀਰ ਨੂੰ ਸਲਾਮ ਕੀਤੀ, ਘੋੜੇ 'ਤੇ ਚੜ੍ਹਿਆ ਅਤੇ ਗਵਾਲੀਅਰ ਨੂੰ ਚੱਲ ਪਿਆ। ਹੁਣ ਦੂਜੀ ਵਾਰ ਜਾ ਰਿਹਾ ਗਵਾਲੀਅਰ, ਉਹ ਪਹਿਲੀ ਵਾਰ ਵੀ ਗਿਆ ਸੀ ਜਦੋਂ ਮਹਾਰਾਜ ਨੇ ਆਪਣੀ ਸ਼ਰਤ ਸੁਣਾਈ ਸੀ। ਬਾਦਸ਼ਾਹ ਨੇ ਜਿਹੜਾ ਹੁਕਮ ਕੀਤਾ ਸੀ ਉਹਨੂੰ ਲੈ ਕੇ ਉਹ ਗਵਾਲੀਅਰ ਪਹੁੰਚ ਗਿਆ। ਗਵਾਲੀਅਰ ਦੇ ਦਰਵਾਜ਼ੇ 'ਤੇ ਵਜ਼ੀਰ ਖਾਨ ਉਤਰਿਆ, ਨਲ ਦੇ ਨਾਲ 5 ਇਸ਼ਨਾਨਾ ਕੀਤਾ, ਹੱਥ ਪੈਰ ਧੋਏ ਨੇ, ਅਸਤਰ ਬਦਲ ਕੇ ਤਿਆਰ ਬਰ ਤਿਆਰ ਹੋਇਆ, ਆ ਕੇ ਨਿਮਰਤਾ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੱਥਾ ਟੇਕਿਆ, ਮਹਾਰਾਜ ਸਾਹਿਬ ਜੀ ਦੇ ਚਰਨਾਂ 'ਚ ਨਮਸਕਾਰ ਕੀਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਨੂੰ ਬੜੀ ਨਿਮਰਤਾ ਦੇ ਨਾਲ ਬੇਨਤੀ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਜਹਾਂਗੀਰ ਨੇ ਬੇਨਤੀ ਕੀਤੀ ਹੈ ਵੀ ਆਪ ਜੀ ਗਵਾਲੀਅਰ ਦਾ ਕਿਲ੍ਹਾ ਛੱਡ ਕੇ ਦਿੱਲੀ ਉਹਨੂੰ ਦਰਸ਼ਨ ਦਿਓ, ਅਤੇ ਜਿੰਨੇ ਕੁ ਰਾਜੇ ਆਪ ਜੀ ਦਾ ਪੱਲਾ ਫੜ ਕੇ ਬਾਹਰ ਆ ਜਾਂਦੇ ਨੇ ਉਹਨਾਂ ਨੂੰ ਲੈ ਆਓ, ਅਤੇ ਜਿਹੜੇ ਨਹੀਂ ਆ ਸਕਦੇ ਉਹਨਾਂ ਨੂੰ ਛੱਡ ਦਿਓ। ਜਿਹੜੇ ਉੱਥੋਂ ਦੇ ਮੁਖੀ ਸਨ, ਦਰੋਗੇ ਸਨ, ਉਹਨਾਂ ਨੂੰ ਕਹਿ ਦਿੱਤਾ ਵੀ ਬਾਦਸ਼ਾਹ ਜਹਾਂਗੀਰ ਦਾ ਇਹ ਹੁਕਮ ਆਇਆ,
ਉਹਦੇ ਅਨੁਸਾਰ ਇਹ ਗੁਰੂ ਸਾਹਿਬ ਨੂੰ ਲੈ ਕੇ ਜਾ ਰਹੇ ਹਾਂ ਅਤੇ ਗੁਰੂ ਸਾਹਿਬ ਦਾ ਪੱਲਾ ਫੜ ਕੇ ਜਿਹੜੇ ਜਿਹੜੇ ਰਾਜੇ ਬਾਹਰ ਆ ਜਾਣਗੇ ਉਹਨਾਂ ਨੂੰ ਵੀ ਬਾਹਰ ਜਾਣ ਦਿਓ, ਜਿਹੜੇ ਨਹੀਂ ਆ ਸਕਣਗੇ ਉਹ ਫਿਰ ਇੱਥੇ ਹੀ ਰਹਿਣਗੇ। ਪਾਤਸ਼ਾਹ ਦਾ ਲਿਖਤੀ ਹੁਕਮਨਾਮਾ ਵਜ਼ੀਰ ਖਾਨ ਨੇ ਦਰੋਗੇ ਨੂੰ ਦੇ ਦਿੱਤਾ ਹੈ। ਜਿਹੜੇ 52 ਰਾਜੇ ਇੱਥੇ ਸਨ ਉਹ ਉਮਰ ਕੈਦ ਦੀ ਸਜ਼ਾ ਭੋਗ ਰਹੇ ਸਨ, ਉਹਨਾਂ ਵਿੱਚੋਂ ਜਿਹੜੇ ਜਿਹੜੇ ਮਾਰਗ ਦਾ ਪੱਲਾ ਫੜ ਲੈਣਗੇ ਉਹ ਹੀ ਬਾਹਰ ਆ ਸਕਦੇ ਨੇ। ਉਹਨਾਂ ਵਾਸਤੇ ਬਾਦਸ਼ਾਹ ਦਾ ਹੁਕਮ ਹੀ ਉਹ ਫਿਰ ਕਿਲ੍ਹੇ ਤੋਂ ਬਾਹਰ ਨਿਕਲ ਕੇ ਅਤੇ ਆਪਣੀਆਂ ਰਿਆਸਤਾਂ ਨੂੰ ਵਾਪਸ ਚਲੇ ਜਾਣ। ਅਤੇ ਰਾਜੇ ਮਹਾਰਾਜ ਦਾ ਪੱਲਾ ਫੜ ਲੈਂਦੇ ਨੇ, ਉਹਨਾਂ ਦੀਆਂ ਬੇੜੀਆਂ ਕੱਟ ਦਿਓ, ਬੰਧਨ ਕੱਟ ਦਿਓ, ਉਹਨਾਂ ਨੂੰ ਆਜ਼ਾਦ ਕਰ ਦਿਓ। ਮਹਾਰਾਜ ਸੱਚੇ ਪਾਤਸ਼ਾਹ ਜਹਾਂਗੀਰ ਦੀ ਚਤੁਰਾਈ ਨੂੰ ਸਮਝ ਗਏ ਸਨ। ਤੋਂ ਬਾਅਦ 5-10 ਕਲੀਆਂ ਹੁੰਦੀਆਂ, 5-10 ਰਾਜੇ ਬਾਹਰ ਨਿਕਲ ਜਾਣਗੇ, ਤੋਂ ਬਾਅਦ ਤਾਂ ਨਹੀਂ ਨਿਕਲ ਸਕਦੇ। ਕਈ ਰਾਜਪੂਤ ਰਾਜੇ ਹੰਕਾਰੀ ਹੁੰਦੇ ਨੇ, ਉਹ ਫਿਰ ਪੱਲਾ ਨਹੀਂ ਫੜਨਗੇ। ਤਰ੍ਹਾਂ 52 ਦੇ ਬਾਹਰ ਆ ਨਹੀਂ ਸਕਦੇ, ਥੋੜ੍ਹੇ ਜਿਹੇ ਰਾਜੇ ਬਾਹਰ ਆਉਣਗੇ। ਗੁਰੂ ਸਾਹਿਬ ਬਾਦਸ਼ਾਹ ਦੀ ਨੀਤੀ ਸਮਝ ਗਏ। ਮਹਾਰਾਜ ਚੋਲਾ ਹੀ ਬਹੁਤ ਵੱਡਾ ਪਾਇਆ ਕਰਦੇ ਸਨ, ਉਹਨਾਂ ਨੇ ਸਾਰੇ ਵਸਤਰ ਮੰਗਾ ਲਏ। ਬਾਬਾ ਬਿਧੀ ਚੰਦ ਜੀ, ਭਾਈ ਜੇਠਾ ਜੀ ਮਹਾਰਾਜ ਦੇ ਵਸਤਰ ਲੈ ਆਏ ਨੇ। ਤਾਂ ਸੋਹਣਾ ਚੀਰਾ, ਬੜੀ ਸੋਹਣੀ ਦਸਤਾਰ ਲਾਲ ਰੰਗ ਦੀ, ਜਿਹਦੇ ਦੋਵਾਂ ਕਿਨਾਰਿਆਂ 'ਤੇ ਕਢਾਈ ਸੁਨਹਿਰੀ ਕੱਢੀ ਹੁੰਦੀ ਸੀ, ਉਹਨੂੰ ਚੀਰਾ ਕਹਿੰਦੇ। ਮਹਾਰਾਜ ਸੱਚੇ ਪਾਤਸ਼ਾਹ ਨੇ ਸੁੰਦਰ ਦਸਤਾਰ ਸੀਸ 'ਤੇ ਸਜਾਈ ਹੈ। ਇਸ ਦਸਤਾਰ ਦੇ ਦੋਵਾਂ ਕਿਨਾਰਿਆਂ 'ਤੇ ਜਰੀ ਲੱਗੀ ਹੋਈ ਹੈ। ਬੜੀ ਸੋਹਣੀ ਮਹਿੰਗੀ ਦਸਤਾਰ 6ਵੇਂ ਪਾਤਸ਼ਾਹ ਨੇ ਸੀਸ 'ਤੇ ਸਜਾਈ ਹੈ, ਅਤੇ ਸੋਹਣੇ ਪੇਚ ਲਾ ਲਾ ਕੇ ਮਹਾਰਾਜ ਨੇ ਦਸਤਾਰ ਸਜਾਈ ਹੈ, ਦੁਮਾਲਾ ਸਜਾਇਆ ਹੈ। ਇਹ ਬਹੁਤ ਵੱਡਾ ਅਤੇ ਸੋਹਣਾ ਚੋਲਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਇਆ ਹੈ। ਜਿਹੜਾ ਇਹ ਚੋਲਾ ਸੀ ਨਾ, ਇਹਦੀਆਂ 50 ਕਲੀਆਂ ਸਨ। ਅੱਗੇ 2 ਤਣੀਆਂ ਸਨ ਜਿਨ੍ਹਾਂ ਦੇ ਨਾਲ ਚੋਲਾ ਬੰਨਿਆ ਜਾਂਦਾ ਹੈ। ਅੱਜ ਕੱਲ੍ਹ ਦੇ ਟਾਈਮ 'ਚ ਤਾਂ ਬਟਨ ਹੁੰਦੇ ਨੇ, ਪਹਿਲਾਂ ਦੇ ਟਾਈਮ 'ਚ ਤਣੀਆਂ ਹੁੰਦੀਆਂ ਸੀ। ਤਣੀਆਂ ਵਾਲਾ ਚੋਲਾ ਮਹਾਰਾਜ ਨੇ ਪਾਇਆ ਹੈ। ਇਸ ਦੇ ਉੱਤੇ ਮਹਾਰਾਜ ਨੇ ਜਿਗਾ ਸਜਾਈ ਹੈ, ਜਿਹੜੀ ਹੀਰਿਆਂ ਮੋਤੀਆਂ ਨਾਲ ਜੜੀ ਹੋਈ ਹੈ। ਬੜੇ ਬੜੇ ਕੀਮਤੀ ਹੀਰੇ ਜਵਾਹਰਾਤ ਉਸ ਜਿਗਾ ਵਿੱਚ ਲੱਗੇ ਹੋਏ ਨੇ। ਸੋਹਣੇ ਕੰਡਲ ਸੋਭਾ ਪਾਉਂਦੇ ਨੇ ਅਤੇ ਸੁਨਹਿਰੀ ਕੜੇ ਹੱਥ ਵਿੱਚ ਪਾਏ ਨੇ। ਮਹਾਰਾਜ ਦੇ ਨੇਤਰ ਵੀ ਬੜੇ ਸੋਹਣੇ ਨੇ, ਦੋਵੇਂ ਬਾਹਾਂ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਇਸ ਤਰ੍ਹਾਂ ਹਨ ਜਿਸ ਤਰ੍ਹਾਂ ਕਿਤੇ ਹਾਥੀ ਦੀਆਂ ਸੁੰਡਾਂ ਹੁੰਦੀਆਂ ਨੇ। ਇੰਨਾ ਹਾਥੀ ਦੀ ਸੁੰਡ 'ਚ ਬਲ ਹੁੰਦਾ, ਸਗੋਂ ਉਹ ਤੋਂ ਵੱਧ ਹੀ ਮਹਾਰਾਜ ਸੱਚੇ ਪਾਤਸ਼ਾਹ ਦੇ ਡੌਲਿਆਂ 'ਚ ਬਲ ਹੈ। ਮੋਤੀਆਂ ਹੀਰਿਆਂ ਦੀ ਮਾਲਾ ਮਹਾਰਾਜ ਨੇ ਗਲ ਵਿੱਚ ਪਾਈ ਹੈ, ਉਹਨਾਂ ਵਿੱਚ ਹੀਰੇ ਵੀ ਜੜੇ ਹੋਏ ਨੇ। ਬੜੀਆਂ ਸੋਹਣੀਆਂ ਛਾਪਾਂ, ਬੜੇ ਸੋਹਣੇ ਕੜੇ ਸਜਾਏ ਨੇ। ਅਜਿਹਾ ਮਹਾਰਾਜਿਆਂ ਤੋਂ ਕਿਤੇ ਜ਼ਿਆਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੋਭਾ ਹੈ। ਬੜਾ ਕੀਮਤੀ ਅਤੇ ਸੋਹਣਾ ਦੁਸ਼ਾਲਾ ਮਹਾਰਾਜ ਨੇ ਪਾਇਆ, ਜਿਹਨੂੰ ਅਸੀਂ ਅੱਜ ਹਜੂਰੀਆ ਕਹਿੰਦੇ ਹਾਂ। ਪਹਿਲਾਂ ਇਹਨੂੰ ਦਕੂਰ ਕਹਿੰਦੇ ਸੀ, ਦੋਵਾਂ ਮੋਢਿਆਂ ਦੇ ਉੱਤੋਂ ਲੜਕਦਾ ਸੀ। ਹੁਣ ਇਹ ਰੇਸ਼ਮੀ ਕੱਪੜਿਆਂ ਦਾ ਬੜਿਆ ਹਜੂਰੀਆ ਦਕੂਰ ਮਹਾਰਾਜ ਸੱਚੇ ਪਾਤਸ਼ਾਹ ਨੇ ਪਾਇਆ ਹੈ। ਉਹ ਵੱਡੀਆਂ ਤਲਵਾਰਾਂ ਮੀਰੀ ਪੀਰੀ ਦੀਆਂ ਗਾਤਰੇ 'ਚ ਪਾ ਲਈਆਂ ਨੇ। ਬੜੇ ਮਹਾਬਲੀ ਯੋਧੇ ਬੱਬਰ ਸ਼ੇਰ ਵਰਗਾ ਰੋਬ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ। ਤਲਵਾਰਾਂ ਦੇ ਮੁੱਠੇ 'ਤੇ ਸੁਨਹਿਰੀ ਕੰਮ ਹੋਇਆ ਹੈ, ਸੋਨੇ ਦੇ ਫੁੱਲ ਲੱਗੇ ਹਨ। ਸੁਨਹਿਰੀ ਫੁੱਲਾਂ ਵਾਲੀ ਢਾਲ ਸਤਿਗੁਰੂ ਜੀ ਨੇ ਪਾਈ ਹੈ, ਸੋਨੇ ਦੇ ਵਿੱਚ ਵੀ ਹੀਰੇ ਜੜੇ ਹੋਏ ਨੇ। ਔਰ ਟੰਕਾ ਭਾਰੀ ਧਨੁਸ਼ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੱਥ ਵਿੱਚ ਫੜਿਆ ਹੈ। ਜੋੜੇ ਪਾ ਕੇ ਮਹਾਰਾਜ ਸੱਚੇ ਪਾਤਸ਼ਾਹ ਪੂਰੇ ਤਰੀਕੇ ਨਾਲ ਤਿਆਰ ਹੋ ਚੁੱਕੇ ਨੇ, ਗਵਾਲੀਅਰ ਦੇ ਕਿਲ੍ਹੇ 'ਚੋਂ ਚੱਲਣ ਲਈ ਖੜ ਗਏ ਨੇ। ਰਾਜਿਆਂ ਨੂੰ ਖਬਰ ਭੇਜ ਦਿੱਤੀ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਜਾ ਰਹੇ ਨੇ, ਜਿਹੜੇ ਜਿਹੜੇ ਰਾਜੇ ਉਹਨਾਂ ਦਾ ਪੱਲਾ ਫੜਨਗੇ ਉਹ ਬਾਹਰ ਜਾ ਸਕਣਗੇ। ਪਹਿਲਾਂ ਦੇ ਰਾਜਿਆਂ ਨੇ ਵਿਚਾਰ ਕੀਤੀ, ਇਹ ਸਵਾਲ ਸਾਡੇ 'ਤੇ ਕਿਉਂ ਪਾਇਆ ਗਿਆ ਵੀ ਅਸੀਂ ਕਿਸੇ ਇਨਸਾਨ ਦਾ ਪੱਲਾ ਨਹੀਂ ਫੜਾਂਗੇ ਅਤੇ ਰਹਿ ਜਾਵਾਂਗੇ, ਪਰ ਅਸੀਂ ਕਿਸੇ ਇਨਸਾਨ ਦਾ ਪੱਲਾ ਨਹੀਂ ਫੜ ਰਹੇ, ਸਿਰੇ ਭਗਵਾਨ ਦਾ ਪੱਲਾ ਫੜ ਰਹੇ ਹਾਂ। ਗੁਰੂ ਹਰਗੋਬਿੰਦ ਸਾਹਿਬ ਅਕਾਲ ਪੁਰਖ ਦਾ ਅਵਤਾਰ ਨੇ, ਗੁਰੂ ਨਾਨਕ ਦਾ ਰੂਪ ਨੇ। ਆਪ ਨਾਰਾਇਣ ਕਲਾ ਧਾਰ ਜਗਮੈਂ ਪਰਵਰਿਓ। ਰਾਜਪੂਤ ਰਾਜਿਆਂ ਨੂੰ ਭਰੋਸਾ ਸੀ ਮਹਾਰਾਜ ਦੇ ਉੱਤੇ, ਪਰ ਅੱਜ ਕੱਲ੍ਹ ਕਿਤੇ ਆਪਣੇ ਸਿੱਖਾਂ ਨੂੰ ਹੀ ਸ਼ੰਕਾ ਇੱਧਰ ਉੱਧਰ ਭਟਕਦੇ ਫਿਰਦੇ ਨੇ। ਅੰਮ੍ਰਿਤਾਂ ਵਿੱਚ ਸਾਰੇ ਇਕੱਠੇ ਹੋ ਕੇ ਆ ਗਏ ਨੇ, ਸਰੀਰਕ ਤੌਰ 'ਤੇ ਬੜੇ ਕਮਜ਼ੋਰ ਸਨ, ਬਹੁਤ ਸਾਲਾਂ ਤੋਂ ਜੇਲ੍ਹ ਵਿੱਚ ਬੰਦ ਸਨ। ਖੁਸ਼ੀ ਖੁਸ਼ੀ ਬੰਦੀ ਛੋੜ ਦਾਤਾ ਤਨ ਤਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੱਲ ਦੌੜੇ ਨੇ, ਪੈਰਾਂ ਵਿੱਚ ਬੇੜੀਆਂ ਅਤੇ ਹੱਥ ਵਿੱਚ ਹੱਥ ਕੜੀਆਂ ਪਈਆਂ ਨੇ। ਮਹਾਰਾਜ ਨੇ ਜਦੋਂ ਇਹਨਾਂ ਰਾਜਿਆਂ ਦੀ ਹਾਲਾਤ ਵੇਖੀ, ਮਹਾਰਾਜ ਕਹਿਣ ਲੱਗੇ, ਸਾਡੇ ਚੋਲੇ ਦੀ ਇੱਕ ਇੱਕ ਕੜੀ ਫੜ ਲਓ ਸਾਰੇ। 52 ਰਾਜੇ ਦੌੜੇ ਨੇ ਮਹਾਰਾਜ ਦੇ ਚੋਲੇ ਦੀਆਂ ਕੜੀਆਂ ਫੜਨ ਵਾਸਤੇ। ਮਹਾਰਾਜ ਕਹਿੰਦੇ, ਤੁਸੀਂ ਚਿੰਤਾ ਨਾ ਕਰੋ, ਕਿਸੇ ਨੂੰ ਨਹੀਂ ਛੱਡਦੇ। ਮਹਾਰਾਜ ਦੇ ਚੋਲੇ ਦੀਆਂ 50 ਕਲੀਆਂ ਸਨ, 50 ਰਾਜਿਆਂ ਨੇ 50 ਕਲੀਆਂ ਫੜ ਲਈਆਂ, 2 ਰਾਜੇ ਰਹਿ ਗਏ, ਉਹਨਾਂ ਨੂੰ ਫੜਨ ਵਾਸਤੇ ਕਲੀ ਨਹੀਂ ਮਿਲੀ, ਬਾਕੀ ਸਾਰਿਆਂ ਨੂੰ ਪੱਲਾ ਇੱਕ ਇੱਕ ਮਿਲ ਗਿਆ, 50 ਤੇ ਹੋ ਗਏ। 2 ਰਾਜੇ ਹੋਰ ਸਨ ਜਿਨ੍ਹਾਂ ਨੂੰ ਕਲੀ ਹੱਥ ਨਹੀਂ ਲੱਗੀ, ਰੋਣ ਲੱਗ ਪਏ ਅਤੇ ਹੱਥ ਜੋੜ ਕੇ ਮਹਾਰਾਜ ਨੂੰ ਬੇਨਤੀ ਕਰਦੇ ਨੇ, ਮਹਾਰਾਜ ਸਾਨੂੰ ਛੱਡ ਕੇ ਨਾ ਜਾਓ, ਸਾਡਾ ਕੀ ਬਣੇਗਾ, 50 ਰਾਜੇ ਤਾਂ ਤੁਹਾਡੇ ਨਾਲ ਜਾ ਰਹੇ ਨੇ, ਅਸੀਂ 2 ਹੀ ਬਦਕਿਸਮਤ ਆ ਜਿਨ੍ਹਾਂ ਨੂੰ ਤੁਸੀਂ ਛੱਡ ਕੇ ਚੱਲੇ ਹੋ। ਜਦੋਂ ਉਹ 2 ਰਾਜੇ ਰੋ ਰੋ ਕੇ ਬੇਨਤੀਆਂ ਕਰ ਰਹੇ ਸਨ, ਉਹਨਾਂ ਨੂੰ ਸਿਪਾਹੀ ਧੱਕਾ ਮਾਰ ਕੇ ਪਿੱਛੇ ਕਰ ਦਿੰਦੇ ਆ। ਸਿਪਾਹੀ ਕਹਿੰਦੇ ਆ, ਤੁਸੀਂ ਕੀ ਫੜੋਗੇ, ਹੁਣ ਕੋਈ ਵੀ ਕਲੀ ਮਹਾਰਾਜ ਦੀ ਨਹੀਂ ਬਚੀ। ਮਹਾਰਾਜ ਦੇ ਚੋਲੇ ਦੀ 50 ਹੀ ਕਲੀਆਂ ਨੇ, 50 ਰਾਜਿਆਂ ਨੇ ਉਹ ਕਲੀਆਂ ਫੜ ਲਈਆਂ ਨੇ। ਅੱਗੇ ਗੁਰੂ ਸਾਹਿਬ ਨਾਲ ਇੰਨੀ ਭੀੜ ਆ, ਹੁਣ ਤੁਸੀਂ ਕਿਸ ਤਰ੍ਹਾਂ ਬਾਹਰ ਆਓਗੇ।
ਤੁਸੀਂ ਜਾਓ ਹੁਣ, ਤੁਹਾਡੀ ਕਿਸਮਤ 'ਚ ਨਹੀਂ ਇੱਥੋਂ ਬਾਹਰ ਨਿਕਲਣਾ। ਫਸਲ ਜਿਹੜੀ ਆ ਉਹ ਕਲੀਆਂ ਸਨ, ਉਹ ਨੇੜੇ ਨੇੜੇ ਸਨ ਅਤੇ ਰਾਜੇ ਖਸ ਖਸ ਕੇ ਖੜ੍ਹੇ ਸਨ। ਸਿਪਾਹੀ ਕਹਿੰਦਾ ਵੀ ਉਹ ਅੱਗੇ ਮੁਸ਼ਕਿਲ ਨਾਲ ਖੜ੍ਹੇ ਨੇ, ਤੁਸੀਂ ਕਿੱਥੇ ਖੜੋਗੇ? ਜੇਲ੍ਹ 'ਚ ਰਹਿਣਾ ਤੁਹਾਡੇ ਕਰਮਾਂ 'ਚ ਹੈ, ਤੁਸੀਂ ਇੱਥੋਂ ਨਹੀਂ ਨਿਕਲ ਸਕਦੇ, ਇੱਥੇ ਹੀ ਰਹੋ। ਹੁਣ ਤੁਸੀਂ ਪਿੱਛੇ ਹੋ ਜਾਓ, ਗੁਰੂ ਸਾਹਿਬ ਇਹਨਾਂ ਪੰਜਾਬਾਂ ਨੂੰ ਲੈ ਕੇ ਚੱਲਿਆ, ਤੁਹਾਨੂੰ ਨਹੀਂ ਲੈ ਕੇ ਜਾਣਗੇ। ਦੋਵਾਂ ਰਾਜਿਆਂ ਨੇ ਉੱਚੀ ਪੁਕਾਰ ਕਰਕੇ ਆਖਿਆ, ਗੁਰੂ ਜੀ ਸਾਨੂੰ ਵੀ ਨਵਾਂ ਜੀਵਨ ਬਖਸ਼ੋ, ਸਾਨੂੰ ਵੀ ਨਵੀਂ ਜ਼ਿੰਦਗੀ ਬਖਸ਼ੋ, ਇਹ ਨਰਕਾਂ 'ਚ ਸਾਨੂੰ ਕੱਢ ਲਵੋ, ਸਾਡੇ ਤੋਂ ਬਿਨਾਂ ਸਾਡਾ ਕੋਈ ਰਾਖਾ ਨਹੀਂ, ਰਾਖਾ ਏਕ ਹਮਾਰਾ ਸਵਾਮੀ, ਸਗਲ ਘਟਾਂ ਕਾ ਅੰਤਰ ਜਾਮੀ, ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੇ ਉਡੀਨਾ, ਆ ਰਾਜ ਹੋਰ ਕੌਣ ਆਵੇਗਾ ਸਾਨੂੰ ਪੱਲੇ ਲਾ ਕੇ ਛਡਾਉਣ ਵਾਲਾ, ਤੁਸੀਂ ਕਰ ਸਕਦੇ ਹੋ ਕਿਰਪਾ, ਤੁਸੀਂ ਸਾਨੂੰ ਇੱਥੇ ਛੱਡ ਗਏ, ਅਸੀਂ ਇੱਥੇ ਹੀ ਛੱਡਾਂਗੇ ਸਾਰੀ ਜ਼ਿੰਦਗੀ, ਸਾਡੇ ਅਨਾਥਾਂ ਦੇ ਨਾਲ ਤੁਸੀਂ ਹੋ ਮਹਾਰਾਜ, ਕਿਰਪਾ ਕਰਕੇ ਸਾਨੂੰ ਆਪਣੇ ਨਾਲ ਲੈ ਚੱਲੋ। ਉਹਨਾਂ ਦੋਵਾਂ ਰਾਜਿਆਂ ਦੀਆਂ ਬੇਨਤੀਆਂ ਸੁਣ ਕੇ ਮਹਾਂਦਿਆਲੂ ਮਹਾਂਕਿਰਪਾਲੂ ਬੰਦੀ ਛੋੜ ਦਾਤਾਂ ਦੀਆਂ ਅੱਖਾਂ 'ਚ ਤਰਸ ਆ ਗਿਆ, ਉੱਚੀ ਆਵਾਜ਼ ਦੇ ਕੇ ਦੋਵਾਂ ਰਾਜਿਆਂ ਨੂੰ ਅੱਗੇ ਬੁਲਾ ਲਿਆ। ਕਹਿਣ ਲੱਗੇ, ਆਹ ਸਾਡੇ ਚੋਲੇ ਨੂੰ ਬੰਨਣ ਵਾਸਤੇ ਜਿਹੜੀਆਂ ਤਣੀਆਂ ਲੱਗੀਆਂ ਨੇ ਨਾ, ਇਹਨਾਂ ਨੂੰ ਤੁਸੀਂ ਫੜ ਲਵੋ, ਫੜ ਲਓ ਅਤੇ ਤੁਹਾਨੂੰ ਵੀ ਨਾਲ ਲੈ ਚੱਲੀਏ। ਸੁਣ ਕੇ ਰਾਜੇ ਬੜੇ ਖੁਸ਼ ਹੋਏ ਅਤੇ ਦੌੜ ਕੇ ਆਏ, ਫਟਾਫਟ ਜਿਹੜੀਆਂ ਤਣੀਆਂ ਸਨ ਇਹਨਾਂ ਨਾਲ ਚੋਲਾ ਬੰਨਿਆ ਜਾਂਦਾ, ਉਹਨਾਂ ਨੂੰ ਫੜ ਲਿਆ। ਗਵਾਲੀਅਰ ਦਾ ਸਾਰਾ ਬੰਦੀ ਖਾਨਾ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲੀ ਕਰ ਦਿੱਤਾ, ਕੋਈ ਵੀ ਜਿਹੜਾ ਕੈਦੀ ਹੈ ਉਹ ਰਹਿਣ ਨਹੀਂ ਦਿੱਤਾ। 52 ਦੇ 52 ਰਾਜੇ ਮਹਾਰਾਜ ਸੱਚੇ ਪਾਤਸ਼ਾਹ ਨੇ ਛਡਾ ਲਏ। ਹੁਣ 12 ਸੱਚੇ ਪਾਤਸ਼ਾਹ ਤੁਰਨ ਲੱਗੇ ਨੇ, 50 ਰਾਜੇ ਪਿੱਛੇ ਨੇ, 2 ਰਾਜੇ ਅੱਗੇ ਨੇ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਦਿਨ 52 ਰਾਜਿਆਂ ਨੂੰ ਬੰਧਨਾਂ ਤੋਂ ਮੁਕਤ ਕੀਤਾ ਸੀ। ਅਸੀਂ ਵੀ ਅਰਦਾਸ ਕਰੀਏ ਸਤਿਗੁਰ ਸੱਚੇ ਪਾਤਸ਼ਾਹ ਜੀ, ਉਹ ਸਾਨੂੰ ਵੀ ਵਿਕਾਰਾਂ ਦੇ ਬੰਧਨਾਂ ਤੋਂ ਮੁਕਤ ਕਰੋ। ਉਹ ਜਿਹੜਾ ਦਰਵਾਜ਼ਾ ਉਹ ਅੱਜ ਵੀ ਮੌਜੂਦ ਹੈ ਗਵਾਲੀਅਰ ਦੇ ਵਿੱਚ, ਜਿਸ ਦਰਵਾਜ਼ੇ 'ਚੋਂ ਸਤਿਗੁਰ ਸੱਚੇ ਪਾਤਸ਼ਾਹ ਬਾਹਰ ਨਿਕਲੇ ਸਨ। ਥਾਂ ਥਾਂ 'ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਉਣ ਦੀ ਖਬਰ ਆ ਗਈ ਸੀ ਵੀ ਅੱਜ ਦੇ ਦਿਨ ਸਤਿਗੁਰ ਸੱਚੇ ਪਾਤਸ਼ਾਹ ਗਵਾਲੀਅਰ ਦੇ ਕਿਲੇ 'ਚੋਂ ਬਾਹਰ ਆ ਜਾਣਗੇ। ਦੁਨੀਆ ਪਹਿਲਾਂ ਹੀ ਬਥੇਰੀ ਬਾਹਰ ਖੜ੍ਹੀ ਹੈ ਦਰਵਾਜ਼ੇ ਦੇ ਉੱਤੇ ਵੀ ਸਤਿਗੁਰ ਸੱਚੇ ਪਾਤਸ਼ਾਹ ਆ ਰਹੇ ਜਾਂ ਅੱਜ ਦਰਸ਼ਨ ਕਰ ਲਈਏ। ਕਈ ਸਿੱਖ ਗਵਾਲੀਅਰ ਦੇ ਨੇ, ਕਈ ਪੰਜਾਬ ਦੇ ਨੇ, ਕਈ ਆਗਰੇ ਦੇ ਨੇ, ਕਈ ਦਿੱਲੀ ਦੇ ਨੇ, ਸਾਰੀਆਂ ਸੰਗਤਾਂ ਉੱਥੇ ਪਹੁੰਚੀਆਂ ਨੇ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ। ਹਰਗੋਬਿੰਦ ਸਾਹਿਬ ਜੀ ਦੇ ਨਾਲ ਸਾਰੇ 52 ਰਾਜੇ ਨਾਲ ਨਿਕਲੇ ਨੇ, ਸਾਰੇ ਦੇ ਪੱਲੇ ਫੜੇ ਨੇ ਅਤੇ ਗਵਾਲੀਅਰ ਦੇ ਕਿਲੇ 'ਚੋਂ ਬਾਹਰ ਨਿਕਲ ਰਹੇ ਨੇ। ਸਤਿਗੁਰ ਸੱਚੇ ਪਾਤਸ਼ਾਹ ਦੇ ਜੈ ਜੈਕਾਰ ਦੇ ਜੈਕਾਰੇ ਲੱਗ ਰਹੇ ਨੇ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਵੀਰ ਰਸ ਦੇ ਵਿੱਚ ਆਉਂਦੇ ਨੇ ਤਾਂ ਬੰਦੇ ਦੇ ਨਾਲ ਘੋੜੇ ਦੀ ਕਾਠੀ ਵੀ ਵੜ ਕੇ ਸੁੱਟ ਦਿੰਦੇ ਆ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਦਇਆ ਭਾਵਨਾ ਆ ਜਾਂਦੀ ਹੈ, ਪ੍ਰੇਮ ਵਿੱਚ ਆਉਂਦੇ ਆ ਨਾ, ਉਦੋਂ ਫਿਰ ਉਹਨਾਂ ਨੂੰ ਫੁੱਲ ਦੇ ਟੁੱਟਣ ਦਾ ਵੀ ਦੁੱਖ ਹੁੰਦਾ। ਮਹਾਰਾਜ ਤੁਹਾਡੇ ਸਿੱਖ ਕਿਉਂ ਨਾ ਬਣੀਏ, ਤੁਹਾਡੇ ਸੇਵਕ ਕਿਉਂ ਨਾ ਬਣੀਏ, ਤੁਸੀਂ ਸਾਡੇ ਰਾਖੇ ਹੋ, ਤੂੰ ਮੇਰਾ ਰਾਖਾ ਸਭਨੀ ਥਾਈਂ, ਤਾਂ ਪਾਓ ਕਿਹਾ ਕਾਰਾ ਜੀਓ। ਇਸ ਲੋਕ ਵਿੱਚ ਵੀ ਤੁਸੀਂ ਸਾਡੇ ਰਾਖੇ ਹੋ ਅਤੇ ਪਰਲੋਕ ਵਿੱਚ ਵੀ ਤੁਸੀਂ ਸਾਡੇ ਰਾਖੇ ਹੋ, ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸੇਵਕਾਂ ਦੇ ਭਗਤਾਂ ਦੇ ਦੁੱਖ ਕੱਢ ਦਿੰਦੇ ਆ, ਸਾਨੂੰ ਸੁਖੀ ਰੱਖਦੇ ਆ, ਨਰਕਾਂ 'ਚ ਨਹੀਂ ਜਾਣ ਦਿੰਦੇ। ਮਹਾਰਾਜ ਸੱਚੇ ਪਾਤਸ਼ਾਹ ਤੋਂ ਗਵਾਲੀਅਰ ਦੇ ਕਿਲੇ ਤੋਂ ਬਾਹਰ ਆ ਰਹੇ ਨੇ, ਤਾਂ ਦੀ ਵਰਖਾ ਹੋ ਰਹੀ ਹੈ, ਰਣ ਸਿੰਘੇ ਵਜਾਏ ਜਾ ਰਹੇ ਨੇ, ਨਗਾੜੇ ਵਜਾਏ ਜਾ ਰਹੇ ਨੇ, ਅਰੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੱਥਾ ਟੇਕ ਰਹੇ ਨੇ। ਭਾਈ ਗੁਰਦਾਸ ਜੀ ਨੇ ਰਾਜਾ ਜਨਕ ਦੀ ਕਥਾ ਲਿਖੀ ਹੈ। ਰਾਜਾ ਜਨਕ ਜਿਹੜੇ ਸਨ, ਸੀਤਾ ਮਾਤਾ ਜੀ ਦੇ ਪਿਤਾ ਜੀ ਸਨ ਅਤੇ ਰਾਮ ਚੰਦਰ ਜੀ ਮਹਾਰਾਜ ਦੇ ਸਹੁਰੇ ਸਨ। ਰਾਜਾ ਜਨਕ ਬੜੇ ਵੱਡੇ ਭਗਤ ਹੋਏ ਨੇ, ਉਹਨਾਂ ਜਦੋਂ ਜੀਵਨ ਦਾ ਅੰਤ ਹੋਇਆ ਨਾ, ਉਹਨਾਂ ਨੂੰ ਧਰਮ ਰਾਏ ਆਪ ਲੈਣ ਆਇਆ। ਉਹਨਾਂ ਨੂੰ ਜਦੋਂ ਸਵਰਗ ਵਿੱਚ ਲੈ ਕੇ ਜਾ ਰਿਹਾ ਸੀ ਨਾ ਧਰਮ ਰਾਏ, ਤਾਂ ਸੱਜੇ ਪਾਸੇ ਸਵਰਗ ਸੀ ਅਤੇ ਖੱਬੇ ਪਾਸੇ ਨਰਕ ਦਾ ਬੂਆ ਸੀ। ਜਦੋਂ ਧਰਮ ਰਾਏ ਦੇ ਨਾਲ ਰਾਜਾ ਜਨਕ ਜਾ ਰਹੇ ਸਨ ਨਾ, ਨਰਕਾਂ 'ਚ ਉਹਨਾਂ ਨੂੰ ਹਾਏ ਹਾਏ ਦੀ ਆਵਾਜ਼ ਆਈ। ਨਰਕ 'ਚ ਕੀ ਹੋ ਰਿਹਾ ਸੀ? ਜਿਹੜੇ ਪਾਪੀ ਲੋਕ ਸਨ ਉਹਨਾਂ ਨੂੰ ਸਾੜਿਆ ਜਾ ਰਿਹਾ ਸੀ, ਕਿਸੇ ਨੂੰ ਕੜਾਹੀ 'ਚ ਤਲਿਆ ਜਾ ਰਿਹਾ ਸੀ, ਕਿਸੇ ਨੂੰ ਅੱਗ ਲਾਈ ਜਾ ਰਹੀ ਸੀ। ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਇਤਨੇ ਨਰਕ ਸੇ ਮਨਮੁਖ ਭੋਗੈ। ਰਾਜਾ ਜਨਕ ਨੇ ਪੁੱਛ ਲਿਆ ਵੀ ਇਹ ਕੀ ਹੋ ਰਿਹਾ? ਧਰਮ ਰਾਏ ਨੇ ਕਿਹਾ ਵੀ ਇਹਨਾਂ ਲੋਕਾਂ ਨੇ ਇੰਨੇ ਪਾਪ ਕੀਤੇ ਸਨ, ਹੁਣ ਉਹਨਾਂ ਦੀ ਸਜ਼ਾ ਇਹਨਾਂ ਨੂੰ ਮਿਲ ਰਹੀ ਹੈ। ਰਾਜਾ ਜਨਕ ਨੇ ਪੁੱਛ ਲਿਆ ਵੀ ਇਹਨਾਂ ਦਾ ਛੁਟਕਾਰਾ ਕਿਵੇਂ ਹੋ ਸਕਦਾ? ਧਰਮ ਰਾਏ ਕਹਿਣ ਲੱਗਾ ਵੀ ਜਾ ਤੇ ਇਹਨਾਂ ਦੇ ਜਿਹੜੇ ਪੁੰਨ ਨੇ ਉਹ ਪਾਪ ਤੋਂ ਵੱਧ ਹੋਣ। ਤਾਂ ਹੁਣ ਪੋਸੀਬਲ ਨਹੀਂ ਹੈਗਾ ਵੀ ਕਿਸੇ ਦੇ ਜਿਹੜੇ ਪੁੰਨ ਨੇ ਉਹ ਪਾਪ ਤੋਂ ਵੱਧ ਹੋਣ। ਸਾਰਿਆਂ ਦੇ ਇੱਦਾਂ ਹੀ ਹੁੰਦਾ ਵੀ ਉਹਨਾਂ ਜੇ ਅਨਾਲਿਸਿਸ ਕਰੀ ਨਾ ਕਿਸੇ ਦਾ ਵੀ, ਉਹਦੇ ਵਿੱਚ ਇਹੀ ਨਿਕਲੂਗਾ ਵੀ ਪਾਪ ਵੱਧ ਕੀਤੇ ਆ ਅਤੇ ਪੁੰਨ ਘੱਟ ਹੀ ਕੀਤੇ ਆ। ਇੱਕ ਬੰਦੇ ਦੀ ਗੱਲ ਨਹੀਂ ਕਰ ਰਹੇ, ਲਗਭਗ ਸਾਰਿਆਂ ਦੀ ਅੱਜ ਇਹੀ ਹਾਲਾਤ ਹੈ। ਬਹੁਤ ਕੋਈ ਵਿਰਲਾ ਟਾਵਾਂ 0.01% ਹੋਊਗਾ ਜਿਹਦੇ ਪਾਪ ਬਹੁਤ ਘੱਟ ਹੋਣਗੇ ਅਤੇ ਪੁੰਨ ਬਹੁਤ ਜ਼ਿਆਦਾ ਹੋਣਗੇ। ਇਹੋ ਜਿਹੇ ਹਿਸਾਬ ਸੂਬ ਲਾ ਕੇ ਵੇਖੀਏ ਤਾਂ ਪਾਪ ਜਿਹੜੇ ਨੇ ਉਹ ਵੱਧ ਹੀ ਹੋਣਗੇ। ਰਾਜਾ ਜਨਕ ਨੇ ਕਿਹਾ ਵੀ ਪਾਪ ਤਾਂ ਇਹਨਾਂ ਦੇ ਵੱਧ ਹੀ ਨੇ, ਪੁੰਨ ਘੱਟ ਨੇ, ਅਤੇ ਇਹ ਕਿੱਦਾਂ ਹੋ ਸਕਦਾ ਵੀ ਇਹਨਾਂ ਦੇ ਪੁੰਨ ਵਾਧੂ ਹੋਣ? ਜਦੋਂ ਅਕਾਲ ਪੁਰਖ ਦਾ ਹੁਕਮ ਆਉਣਾ ਇਹਨਾਂ ਨੂੰ ਦੂਜੇ ਪਾਸੇ ਛੱਡ ਦੇਣਾ ਸਵਰਗਾਂ 'ਚ, ਇਹ ਤਾਂ ਪਾਪ ਕੀਤੇ ਨੇ ਉਹਨਾਂ ਲਈ ਇਹਨਾਂ ਨੂੰ ਨਰਕ ਮਿਲਿਆ।
ਜੇ ਇਹਨਾਂ ਨੇ ਕੋਈ ਚੰਗੇ ਕੰਮ ਕੀਤੇ ਹੋਣਗੇ ਫਿਰ ਇਹਨਾਂ ਨੂੰ ਸਵਰਗ ਭੇਜ ਦੇਣਗੇ, ਉਹਦੇ ਵਾਸਤੇ ਫਿਰ ਜੰਮਦੇ ਮਰਦੇ ਰਹਿਣਗੇ। ਰਾਜਾ ਜਨਕ ਨੇ ਕਿਹਾ ਵੀ ਕੋਈ ਹੋਰ ਵੀ ਰਸਤਾ ਹੋਵੇਗਾ ਇਹਨਾਂ ਦੀ ਮੁਕਤੀ ਦਾ। ਧਰਮਰਾਜ ਨੇ ਕਿਹਾ ਇੱਕ ਹੋਰ ਤਰੀਕਾ ਵੀ ਹੈ, ਜੇ ਕੋਈ ਤੁਹਾਡੇ ਵਰਗਾ ਮਹਾਂਪੁਰਖ ਬੰਦਗੀ ਕਰਨ ਵਾਲਾ ਆਪਣੀ ਬੰਦਗੀ 'ਚੋਂ ਕੁਛ ਦੇ ਦੇਵੇ ਤਾਂ ਇਹ ਬਚ ਸਕਦੇ ਨੇ। ਘੜੀ ਦਾ ਸਿਮਰਨ ਨੇ ਇੱਕ ਤੱਕੜੀ 'ਚ ਪਾ ਦਿੱਤਾ, ਇੱਕ ਪੱਲੇ 'ਚ ਪਾ ਦਿੱਤਾ ਅਤੇ ਜਿਹੜੇ ਲੱਖਾਂ ਕਰੋੜਾਂ ਲੋਕਾਂ ਦੇ ਪਾਪ ਨਰਕਾਂ ਦੇ ਵਿੱਚ ਜਿਹੜੇ ਸੜ ਰਹੇ ਸਨ ਉਹਨਾਂ ਦੇ ਪਾਪ ਇੱਕ ਪੱਲੇ ਵਿੱਚ ਪਾ ਦਿੱਤੇ। ਤਾਂ ਇੱਕ ਘੜੀ ਦਾ ਸਿਮਰਨ ਹੀ ਉਹ ਭਾਰੀ ਹੋ ਗਿਆ ਅਤੇ ਜਿਹੜੇ ਪਾਪ ਸਨ ਉਹ ਹਲਕੇ ਹੋ ਗਏ। ਰਾਜਾ ਜਨਕ ਦੇ ਇੱਕ ਘੜੀ ਦੇ ਸਿਮਰਨ ਨੇ ਲੱਖਾਂ ਕਰੋੜਾਂ ਪਾਪੀਆਂ ਨੂੰ ਉਤਾਰ ਲਿਆ, ਉਹਨਾਂ ਨੂੰ ਮੁਕਤ ਕਰ ਦਿੱਤਾ। ਜਿਵੇਂ ਕਿਤੇ ਰਾਜਾ ਜਨਕ ਨੇ ਨਰਕਾਂ 'ਚੋਂ ਲੱਖਾਂ ਕਰੋੜਾਂ ਪਾਪੀਆਂ ਨੂੰ ਕੱਢਿਆ ਸੀ, ਉਸੇ ਤਰੀਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗਵਾਲੀਅਰ ਦੇ ਕਿਲ੍ਹੇ 'ਚੋਂ ਨਰਕ 'ਚੋਂ 52 ਰਾਜਿਆਂ ਨੂੰ ਕੱਢਿਆ ਸੀ। ਇਹ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਐਗਜ਼ਾਮਪਲ ਦਿੱਤਾ ਹੈ, ਜਿਵੇਂ ਨਰਕਾਂ 'ਚ ਜੀ ਸੜ ਰਹੇ ਸਨ ਅਤੇ ਰਾਜਾ ਜਨਕ ਨੇ ਛਡਾ ਦਿੱਤੇ, ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਜਿਹੜੇ 52 ਰਾਜੇ ਸੜ ਰਹੇ ਸਨ ਉਹ 6ਵੇਂ ਪਾਤਸ਼ਾਹ ਨੇ ਛਡਾ ਦਿੱਤੇ। ਹੋਰ ਐਗਜ਼ਾਮਪਲ ਦਿੰਦੇ ਨੇ ਵੀ ਤਾਰਿਆਂ ਨੂੰ ਇੱਕ ਗ੍ਰਹਿਣ ਲੱਗਦਾ ਹੈ, ਰਾਹੂ ਬ੍ਰਹਿਮੰਡ ਦੇ ਵਿੱਚ ਇੱਕ ਰਾਹੂ ਹੈ ਜਿਹੜਾ ਤਾਰਿਆਂ ਦੇ ਅੱਗੇ ਆ ਜਾਂਦਾ ਹੈ, ਤਾਂ ਇੱਕ ਰਾਹੂ ਹੈ ਕੇਤੂ ਹੈ ਤਾਂ ਉਹ ਤਾਰਿਆਂ ਦਾ ਰਾਹ ਰੋਕ ਲੈਂਦਾ, ਤਾਰਿਆਂ ਨੂੰ ਕੈਦ ਕਰ ਲੈਂਦਾ। ਉਹ ਚੰਦਰਮਾ ਨੂੰ ਵੀ ਲੱਗਦਾ ਹੈ, ਪਰ ਜਿਹੜਾ ਚੰਦਰਮਾ ਹੁੰਦਾ ਹੈ ਉਹਨੂੰ ਧੱਕਾ ਮਾਰ ਕੇ ਸਾਈਡ 'ਤੇ ਕਰ ਦਿੰਦਾ ਹੈ ਅਤੇ ਤਾਰਿਆਂ ਨੂੰ ਵੀ ਉਹ ਛਡਾ ਲੈਂਦਾ ਹੈ ਗ੍ਰਹਿਣ ਤੋਂ। ਇਹਦਾ ਇਹ 52 ਰਾਜੇ ਤਾਰਿਆਂ ਦੇ ਵਾਂਗੂ ਜਹਾਂਗੀਰ ਦੀ ਕੈਦ ਵਿੱਚ ਸਨ, ਚੰਦਰਮਾ ਵਾਂਗੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਕੈਦ 'ਚੋਂ ਛਡਾ ਲਿਆ, ਤਾਰਿਆਂ ਨੂੰ ਵੀ ਆਜ਼ਾਦ ਕਰ ਦਿੱਤਾ ਅਤੇ ਆਪ ਵੀ ਆਜ਼ਾਦ ਹੋ ਗਏ ਨੇ। ਸੋ ਅੱਜ ਦੇ ਦਿਨ ਬੰਦੀ ਛੋੜ ਦਿਵਸ ਦੇ ਦਿਨ ਪੀਰੀ ਪੀਰੀ ਦੇ ਮਾਲਕ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤਸਰ ਪਹੁੰਚੇ ਸਨ। ਸੰਗਤਾਂ ਨੇ ਉਹਨਾਂ ਦੀ ਆਉਣ ਦੀ ਖੁਸ਼ੀ ਦੇ ਵਿੱਚ ਦੀਵੇ ਜਗਾਏ ਸਨ। ਤਰ੍ਹਾਂ ਸ਼੍ਰੀ ਰਾਮ ਚੰਦਰ ਜੀ ਵਨਵਾਸ ਤੋਂ ਬਾਅਦ ਅਯੋਧਿਆ ਆਏ ਸਨ ਅਤੇ ਉਹਨਾਂ ਲਈ ਲੋਕਾਂ ਨੇ ਦੀਵੇ ਜਗਾਏ ਸਨ। ਗੁਰ ਪਿਆਰੇ ਭੁੱਲਾ ਚੁੱਕਾ ਦੀ ਖੇਵਾ, ਅਤੇ ਵੀਡੀਓ ਨੂੰ ਹੋਰ ਵੀ ਸੰਗਤਾਂ ਨਾਲ ਸ਼ੇਅਰ ਕਰ ਦਿਓ ਤਾਂ ਕਿ ਹੋਰ ਸੰਗਤ ਇਤਿਹਾਸ ਨਾਲ ਜਾਣੂ ਹੋ ਸਕੇ। ਅੱਜ ਦੀ ਵੀਡੀਓ 'ਚ ਇੰਨਾ ਹੀ। ਹੋਰ ਸਿੱਖ ਇਤਿਹਾਸ ਅਤੇ ਗੁਰਬਾਣੀ ਨਾਲ ਸੰਬੰਧਿਤ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।